ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਜੀ ਦੇ ਮਾਤਾ ਜੀ ਬੀਬੀ ਹਰਜੀਤ ਕੌਰ ਢੀਂਡਸਾ ਨੇ ਧੂਰੀ ਵਿਖੇ ਮਹਿਲਾ ਵਿੰਗ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿੱਚ ਬੀਬੀ ਢੀਂਡਸਾ ਵੱਲੋਂ ਜਸਵਿੰਦਰ ਕੌਰ ਖਾਲਸਾ ਨੂੰ ਮਹਿਲਾ ਵਿੰਗ ਸੰਗਰੂਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਬੀਬੀ ਜਸਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਜੋ ਸੇਵਾ ਪਾਰਟੀ ਨੇ ਦਿੱਤੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ। ਆਓ ਦੇਖਦਿਆਂ ਧੂਰੀ ਤੋਂ ਵਾਸ਼ੂ ਗਰਗ ਦੀ ਇੱਕ ਰਿਪੋਰਟ। ਅੱਜ ਜਿਹੜਾ ਤੁਹਾਨੂੰ ਇਹ ਅਹੁਦਾ ਮਿਲਿਆ ਜੀ, ਤੁਸੀਂ ਜਸਵਿੰਦਰ ਕੌਰ ਖਾਲਸਾ ਜੀ, ਇਹ ਤੁਸੀਂ ਖੁਸ਼ ਹੋ ਜੀ, ਇਹ ਉਹਦੇ ਤੋਂ ਤੁਸੀਂ ਸਾਰਾ ਕੁਝ ਦੱਸਣਾ ਚਾਹੁੰਦੇ ਹੋ, ਦੱਸੋ ਸਾਡੇ। ਹਾਂਜੀ, ਖੁਸ਼ ਹਾਂ। ਅਸੀਂ ਬੀਬੀ ਜੀ ਨੇ ਸਾਨੂੰ ਬਹੁਤ ਵੱਡਾ ਆ ਕੇ ਘਰ ਦੇ ਵਿੱਚ, ਅਤੇ ਅਸੀਂ ਅੱਜ ਦੇ ਵਿਧਾਇਕ ਦੇ ਪਾਤਰ ਨੇ ਬੀਬੀ ਜੀ, ਅਤੇ ਮਾਣ ਬਖਸ਼ਿਆ ਗਾ ਸਾਨੂੰ ਘਰੇ ਆ ਕੇ। ਅਸੀਂ ਤੁਹਾਨੂੰ ਕਿਹੜਾ ਅਹੁਦਾ ਦਿੱਤਾ ਜੀ ਤੁਹਾਨੂੰ? ਅਹੁਦਾ ਆਪਾਂ ਨੂੰ ਇਸ ਐਸਸੀ ਵਿੰਗ ਦਾ, ਅਤੇ ਮੈਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਜੀ, ਬੀਬੀ ਹੁਣਾਂ ਨੇ ਲਾਇਆ। ਮਾਣ ਬਖਸ਼ਿਆ ਨਾਲ ਮਾਸੀ ਜੀ ਨੇ ਆ ਕੇ, ਬੀਬੀ ਜੀ ਨੇ ਸਾਨੂੰ ਤਨੋਂ ਮਨੋਂ ਅਸੀਂ ਇਸਤਰੀ ਵਿੰਗ ਦੀ ਸੇਵਾ ਕਰਦੇ ਵੀ ਆਏ ਅਤੇ ਕਰਾਂਗੇ ਵੀ, ਅਸੀਂ ਇਹਨਾਂ ਦੇ ਪਰਿਵਾਰਕ ਮੈਂਬਰਾਂ 'ਚ। ਅਤੇ ਹੁਣ ਵੀ ਸਾਡੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜੀ ਨੂੰ ਨਵਾਜਿਆ ਹੈਗਾ ਇੱਥੇ ਟਿਕਟ ਦੇ ਕੇ ਜ਼ਿਲ੍ਹੇ ਦੇ ਵਿੱਚ, ਅਤੇ ਅਸੀਂ ਤਨੋਂ ਮਨੋਂ ਤਨੋਂ ਅਤੇ ਅਸੀਂ ਇਸਤਰੀ ਅਕਾਲੀ ਦਲ ਵੱਲੋਂ ਮਾਣ ਦਿਵਾਉਂਦੇ ਹਾਂ ਬੀਬੀ ਜੀ ਨੂੰ। ਬਹੁਤ ਵੱਡਾ ਅਸੀਂ ਵੱਡੀ ਰੀੜ 'ਤੇ ਜਿੱਤ ਕੇ ਅਸੀਂ ਸਾਡੇ ਬਲ ਸਾਹਿਬ ਦੀ ਝੋਲੀ 'ਚ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਗਾ ਬੀਬੀ ਜਸਵਿੰਦਰ ਕੌਰ ਖਾਲਸਾ, ਇਹ 20 ਸਾਲ ਤੋਂ ਇੱਥੇ ਕੰਮ ਕਰ ਰਹੇ ਨੇ। ਇਹ ਬੀਬੀ ਬਹੁਤ ਮਿਹਨਤ ਕਰ ਰਹੀ ਹੈਗੀ, ਸੋ ਇਸ ਕਰਕੇ ਮੈਂ ਅੱਜ ਇਹਨੂੰ ਇਹਦੀ ਮਿਹਨਤ ਦਾ ਹੀ ਸਦਕਾ ਅੱਜ ਇਹਨੂੰ ਐਸੀ ਵਿੰਗ ਦੀ, ਮਤਲਬ ਸਾਰੇ ਜ਼ਿਲ੍ਹੇ ਦੀ ਪ੍ਰਧਾਨ ਬਣਾ ਕੇ ਚੱਲੀਆਂ, ਤਾਂ ਕਿ ਇਹ ਹੋਰ ਉਤਸ਼ਾਹ ਨਾਲ ਵੱਧ ਤੋਂ ਵੱਧ ਕੰਮ ਕਰੇ। ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਵੀ ਤੁਹਾਡੇ ਸਪੁੱਤਰ ਨੇ ਜੀ ਪਰਮਿੰਦਰ ਢੀਂਡਸਾ ਜੀ, ਤੁਸੀਂ ਮਾਨ ਸਾਹਿਬ ਨੂੰ ਆਪਣੇ ਕੰਪੀਟੀਟਰ ਮੰਨਦੇ ਹੋ ਜੀ? ਦੇਖੋ ਮੇਰੀ ਗੱਲ ਸੁਣੋ, ਹੁਣ ਪੁੱਤਰ ਤਾਂ ਸਭ ਤੋਂ ਪਿਆਰੇ ਹੁੰਦੇ ਨੇ, ਹੈਂ, ਅਤੇ ਬਾਕੀ ਰਹਿ ਗਈ ਮਾਨ ਸਾਹਿਬ ਦੀ ਗੱਲ। ਮਾਨ ਸਾਹਿਬ ਤਾਂ ਵੋਟਾਂ ਲੈ ਕੇ ਅਤੇ ਮੁੜ ਕੇ ਨਹੀਂ ਇੱਥੇ ਆਇਆ, 2 ਮਹੀਨੇ ਹੁਣ ਪਹਿਲਾਂ ਆ ਗਿਆ, ਹੁਣ ਫਿਰ ਵੋਟਾਂ ਲੈਣੀਆਂ ਨੇ। ਵੋਟਾਂ ਪਵਾ ਕੇ ਜਿੱਤ ਕੇ ਆਪਦੇ ਘਰ ਨੂੰ ਵਗ ਗਿਆ, ਕਹਿੰਦਾ ਮੈਂ ਹੁਣ ਮੈਨੂੰ ਤੁਸੀਂ ਭਾਈ ਦੁੱਖ ਸੁੱਖ ਦੇ ਵਿੱਚ ਤੁਹਾਡਾ ਕੋਈ ਕੰਮ ਹੈ, ਮੈਨੂੰ ਤੰਗ ਨਾ ਕਰਿਓ, ਵੀ ਮੈਂ ਹੁਣ ਉਹ ਮੈਨੂੰ ਦੱਸੋ ਕੀ ਹੈਗਾ, ਪਰ ਮੈਂ ਆ ਨਹੀਂ ਸਕਦਾ। ਅਤੇ ਮਤਲਬ ਆਪਦੇ ਕਦੇ ਇੰਗਲੈਂਡ, ਕਦੇ ਆਪਦੇ ਡਰਾਮਿਆਂ 'ਚ, ਅਤੇ ਉੱਧਰ ਜਾ ਵੜਿਆ ਵੀ ਜਿਹੜੇ ਇੱਥੇ ਕੰਮ ਨੇ ਲੋਕਾਂ ਦੇ ਉਹ ਕੌਣ ਕਰੂਗਾ? ਕਿਸੇ ਦਾ ਤਹਿਸੀਲਦਾਰ 'ਚ ਕੰਮ ਹੈ, ਕਿਸੇ ਦਾ DC ਦੇ ਕੰਮ ਹੈ, ਕਿਸੇ ਦਾ ਪੁਲਿਸ 'ਚ ਕੰਮ ਹੈ, ਉਹ ਕੰਮ ਨੇ ਜਿਹੜੇ ਛੋਟੇ ਛੋਟੇ, ਕਿ ਉਹ ਛੋਟੇ ਛੋਟੇ ਆਪਣੇ ਛੋਟੇ ਛੋਟੇ ਕੰਮ ਹੁੰਦੇ ਨੇ, ਉਹ ਕਿਹਤੋਂ ਕਰਾਉਣਗੇ ਉਹ ਕੰਮ? ਮਤਲਬ ਟੈਲੀਫੋਨ ਕਰੇ ਬਿਨਾਂ ਕੋਈ ਪਤਾ ਨਹੀਂ ਹਿਲਦਾ। ਸੋ ਇਸ ਕਰਕੇ ਉਹ ਦੇਖ ਕੇ ਹੁਣ ਮੇਰੇ ਭੈਣਾਂ ਨੂੰ, ਭਰਾਵਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਇਹੀ ਬੇਨਤੀ ਹੈ ਵੀ ਦੇਖ ਕੇ ਵੋਟਾਂ ਪਾਓ। ਪਰਵਿੰਦਰ ਸਿੰਘ ਢੀਂਡਸਾ ਤੁਹਾਡੇ ਦੁੱਖ ਸੁੱਖ 'ਚ, ਤੁਹਾਡੇ ਕੰਮਾਂ 'ਚ ਹਰ ਟਾਈਮ ਤਿਆਰ ਰਹਿੰਦਾ ਵੀ ਤੁਸੀਂ ਕੈਂਡੀਡੇਟ ਨੂੰ ਪਛਾਣੋ।